अपने शहर और आसपास की खबरें पाने के लिए हमारे न्यूज़ चैनल को सब्सक्राइब करें और साथ में लगे घंटी वाले बटन को दबाएं। बावजूद कोर्ट के ऑर्डर लेकर आए हुए वेल्फ की टीम के समकक्ष उनसे हाथापाई की गई और प्रॉपर्टी के ताले भी तोड़े गए। ਜਿਹੜੀ ਪ੍ਰੈਸ ਕਾਨਫਰੰਸ ਕੀਤੀ ਇਹਦੇ ਬਾਰੇ ਦੱਸ ਦਿਓ। ਹਾਂਜੀ, ਮੇਰਾ ਨਾਮ ਪਰਮਿੰਦਰ ਸਿੰਘ ਹੈ ਜੀ। ਅੱਜ ਦੀ ਪ੍ਰੈਸ ਕਾਨਫਰੰਸ ਇਸ ਕਰਕੇ ਹੋਈ ਆ, ਮੇਰੀ ਕਿਸੇ ਬੰਦੇ ਨਾਲ ਸਾਡੇ ਅਸੀਂ ਕਿਸੇ ਕੋਲ ਜਗ੍ਹਾ ਕਿਰਾਏ 'ਤੇ ਲਈ ਸੀਗੀ। ਸਾਡੇ ਕਿਰਾਏਦਾਰਾਂ ਨਾਲ ਡਿਸਪਿਊਟ ਚੱਲਦਾ ਪਿਆ ਸੀ, ਜਿੱਦਾਂ ਕੋਰਟ 'ਚ ਕੇਸ ਚੱਲਦਾ ਪਿਆ ਸੀਗਾ। ਮੈਂ ਕਿਰਾਏਦਾਰ ਹਾਂ, ਮਾਲਕਾਂ ਨਾਲ ਡਿਸਪਿਊਟ ਚੱਲਦਾ ਪਿਆ ਸੀ, ਜਿਹੜਾ ਕੋਰਟ 'ਚ ਕੇਸ ਚੱਲਦਾ ਪਿਆ। ਸਾਨੂੰ ਕੋਰਟ ਨੇ ਜਿੱਦਾਂ ਜਿੱਦਾਂ ਕਿਰਾਏ ਵਾਸਤੇ ਕਿਹਾ, ਆਪਾਂ ਕਿਰਾਇਆ ਜਮ੍ਹਾਂ ਕਰਾਉਂਦੇ ਰਹੇ। ਜੋ ਜੋ ਕੋਰਟ ਜਿੱਦਾਂ ਜਿੱਦਾਂ ਕਹਿੰਦੀ ਰਹੀ, ਅਸੀਂ ਸਾਰਾ ਕੁਝ ਕਰਦੇ ਰਹੇ। ਹੁਣ ਪਿੱਛੇ ਜੇ ਇਹਨਾਂ ਨੇ ਇੱਕ ਕੋਰਟ 'ਚ ਕੋਰਟ 'ਚ ਕੇਸ ਲਾਇਆ ਸੀਗਾ ਵੀ ਮੈਨੂੰ ਆਪਣੀ ਪਰਸਨਲ ਜ਼ਰੂਰਤ ਵਾਸਤੇ ਜਗ੍ਹਾ ਚਾਹੀਦੀ ਹੈ। ਜੱਜ ਸਾਹਿਬ ਨੇ, ਵਕੀਲ ਸਾਹਿਬ ਨੇ ਕਿਹਾ ਸੀਗਾ ਵੀ ਜਿਹਦੇ ਕੋਲ ਆਪਣਾ ਘਰ ਬਾਰ ਨਾ ਹੋਏ ਉਹੀ ਜਗ੍ਹਾ ਲੈ ਸਕਦਾ, ਅਦਰਵਾਈਜ਼ ਨਹੀਂ। ਇਹ ਕੇਸ ਅਸੀਂ ਇੱਕ ਵਾਰੀ ਹਾਰ ਗਏ ਸੀਗੇ। ਕੋਰਟ ਨੇ ਇੱਕ ਸਾਨੂੰ ਅੱਜ ਵਾਰੰਟ ਭੇਜਿਆ ਸੀਗਾ ਵੀ ਇਹ ਜਗ੍ਹਾ ਖਾਲੀ ਕਰ ਦਿਓ, ਪਰ ਉਹ ਸਿਰਫ ਵਾਰੰਟ ਸੀਗਾ। ਵੱਲਭ ਆਇਆ, ਉਹ ਆ ਕੇ ਕਹਿੰਦਾ ਵੀ ਤੁਸੀਂ ਆਹ ਜਗ੍ਹਾ ਖਾਲੀ ਕਰਨੀ ਹੈ, ਮੈਨੂੰ ਕੋਰਟ ਵੱਲੋਂ ਆਰਡਰ ਆ, ਤੁਸੀਂ ਜਗ੍ਹਾ ਖਾਲੀ ਕਰਨੀ ਹੈ। ਮੈਂ ਕਿਹਾ ਆਪਾਂ ਨਹੀਂ ਖਾਲੀ ਕਰਨੀ। ਚਲੋ, ਕਹਿੰਦਾ ਠੀਕ ਹੈ, ਬਟ ਕਹਿੰਦਾ ਸਾਡੇ ਕੋਲ ਫੋਰਸਫੁਲੀ ਖਾਲੀ ਕਰਾਉਣ ਦਾ ਕੋਈ ਆਰਡਰ ਨਹੀਂ ਸੀਗਾ, ਸਾਡੇ ਕੋਲ ਬਾਈ ਪੁਲਿਸ ਨੂੰ ਨਾਲ ਲੈ ਕੇ ਆਉਣ ਦਾ ਕੋਈ ਆਰਡਰ ਨਹੀਂ ਹੈ, ਅਸੀਂ ਧੱਕਾ ਕਰਨ 'ਚ ਸਾਡੇ ਕੋਲ ਕੋਈ ਆਰਡਰ ਨਹੀਂ ਗਾ। ਪਰ ਫਿਰ ਵੀ ਤੇਗਾ ਸਿੰਘ ਬਲ, ਕਮਲਜੀਤ ਸਿੰਘ ਭਾਟੀਆ ਜੀ, ਐੱਚ ਐੱਸ ਵਾਲੀਆ ਜੀ, ਗੁਰਮੀਤ ਸਿੰਘ ਕੋਕਲੀ ਜੀ, ਆਪਣੇ ਬ੍ਰਦਰ ਨੂੰ, ਆਪਣੀ ਵਾਈਫ ਨੂੰ, ਭਤੀਜਿਆਂ ਨੂੰ ਅਤੇ 20-25 ਹੋਰ ਅਣਪਛਾਤੇ ਬੰਦਿਆਂ ਨੂੰ ਨਾਲ ਲਿਜਾ ਕੇ ਸਾਡੇ ਤਾਲੇ ਵੀ ਤੋੜੇ ਇਹਨਾਂ ਨੇ ਗੇਟ 'ਤੇ, ਧੱਕੇ ਨਾਲ ਅੰਦਰ ਵੀ ਵੜ ਗਏ, ਸਾਰੇ ਕਮਰਿਆਂ ਦੇ ਤਾਲੇ ਤੋੜੇ, ਨਾਲ ਗਾਲਾਂ ਵੀ ਕੱਢੀਆਂ ਸਾਨੂੰ, ਨਾਲ ਗਾਲਾਂ ਵੀ ਕੱਢੀਆਂ। ਸਾਡੇ ਅੰਦਰ ਦਾ ਸਾਰਾ ਸਮਾਨ ਚੱਕ ਕੇ ਬਾਹਰ ਸੜਕ 'ਚ ਵੀ ਸੁੱਟਿਆ। ਇਹ ਤੁਸੀਂ ਇੱਥੇ ਕਿਰਾਏ 'ਤੇ ਬੈਠੇ ਹੋ? ਹਾਂ, ਮੈਂ ਕਿਰਾਏ 'ਤੇ ਬੈਠਾ। ਕਿੰਨੀ ਦੇਰ ਤੋਂ ਜੀ? 14 ਸਾਲ ਤੋਂ। ਅਤੇ ਕੇਸ ਕਿੰਨੀ ਦੇਰ ਤੋਂ ਉਹ ਚੱਲ ਰਿਹਾ? 12 ਸਾਲ। ਕਮਲਜੀਤ ਭਾਟੀ ਇਹ ਨਾਲ ਤੁਹਾਡੀ ਕੋਈ ਪਰਸਨਲੀ ਰੰਜਿਸ਼? ਮੈਂ ਜਾਣਦਾ ਨਹੀਂ ਜੀ, ਪਹਿਲੀ ਵਾਰੀ ਮਿਲਿਆ ਮੈਂ। ਸਤਿ ਸ਼੍ਰੀ ਅਕਾਲ ਭਾਈ ਜੀ। ਜਦੋਂ ਉੱਥੇ ਹਾਥਾਪਾਈ ਹੋਈ, ਵੈਲਫ ਉੱਥੇ ਮੌਜੂਦ ਸੀ? ਵੈਲਫੇਅਰ ਐਂਡ ਤੱਕ ਮੌਜੂਦ ਸੀਗਾ। ਅਤੇ ਤੁਸੀਂ ਇੱਕ ਦੱਸ ਰਹੇ ਸੀ ਕਿ ਪੁਲਿਸ ਨੇ ਆ ਕੇ ਤੁਹਾਡੀ ਜਾਨ ਬਚਾਈ? ਅਸੀਂ ਪੁਲਿਸ ਨੂੰ ਫੋਨ ਕੀਤਾ ਵੀ ਸਰ ਇਸ ਤਰ੍ਹਾਂ ਕੰਮ ਹੋ ਰਿਹਾ, ਪਲੀਜ਼ ਬਚਾ ਲਓ, ਕਿਉਂਕਿ ਆਪਾਂ ਸਿਰਫ 3 ਜਣੇ ਸੀ, ਮੈਂ ਸੀ, ਆ ਮੇਰਾ ਸੀ। ਕਿਹੜੇ ਥਾਣੇ ਦੀ ਪੁਲਿਸ ਆਈ ਸੀ? 5 ਨੰਬਰ ਦੀ। ਉਹ ਇੱਕਦਮ ਆਏ ਉੱਥੇ ਵੀ, ਕੀ ਉਹਨਾਂ ਨੇ ਇਹਨਾਂ ਨੂੰ ਕਿਹਾ ਵੀ ਸੀਗਾ ਵੀ ਵੈਲਫ ਨੂੰ ਤੁਸੀਂ ਫੋਰਸਫੁਲੀ, ਵੈਲਫ ਨੇ ਵੀ ਕਿਹਾ, ਭਾਟੀਆ ਸਾਹਿਬ ਨੂੰ ਵੀ ਕਿਹਾ, ਸਾਰਿਆਂ ਨੂੰ ਕਿਹਾ ਵੀ ਦੇਖੋ ਭਾਟੀਆ ਸਾਹਿਬ, ਆਪਾਂ ਫੋਰਸਫੁਲੀ ਕੁਛ ਨਹੀਂ ਕਰ ਸਕਦੇ, ਨਾ ਮੈਂ ਤਾਲਾ ਤੋੜ ਸਕਦਾ ਵਾਂ। ਉਹ ਕਹਿੰਦਾ ਤੂੰ ਨਾ ਕਰ, ਕਬਜ਼ੇ ਦਾ ਮਤਲਬ ਕਬਜ਼ਾ ਹੀ ਆਪੇ ਲੈ ਲੈ। ਤੁਹਾਡੀ ਕੀ ਮੰਗ ਹੈ ਪ੍ਰਸ਼ਾਸਨ? ਮੇਰੀ ਹੱਥ ਜੋੜ ਕੇ ਮੰਗ ਹੈ ਕਿ ਇਨਸਾਫ ਦਵਾਇਆ ਜਾਵੇ, ਬਣਦੀ ਕਾਰਵਾਈ ਕੀਤੀ ਜਾਵੇ, ਪੂਰਾ ਪਰਚਾ ਦਰਜ ਕੀਤਾ ਜਾਵੇ। ਇਹ ਲੋਕ ਕਿਸੇ ਦੇ ਘਰ ਵੜ ਕੇ ਜ਼ਬਰਦਸਤੀ, ਬਗੈਰ ਕਿਸੇ ਅਥੋਰਿਟੀ ਤੋਂ, ਬਗੈਰ ਕਿਸੇ ਕੋਰਟ ਦੀ ਅਥੋਰਿਟੀ ਤੋਂ ਘਰ ਵੜ ਕੇ, ਤਾਲੇ ਤੋੜ ਕੇ, ਸਾਡਾ ਸਮਾਨ ਚੱਕ ਕੇ ਬਾਹਰ ਸੁੱਟ ਕੇ ਆਪ ਅੱਜ ਵੀ ਕਾਬਜ਼ ਹੋ ਕੇ ਬਹਿ ਗਏ ਆ। ਤੁਸੀਂ ਇਸ ਮਾਮਲੇ 'ਚ ਕਿਸੇ ਉੱਚ ਅਧਿਕਾਰੀ ਨੂੰ ਮਿਲਿਆ? ਮੈਂ SHO ਸਾਹਿਬ ਨੂੰ ਕਿਹਾ ਸੀਗਾ, ਸਾਡੇ ਉੱਪਰ ਕਿਸੇ ਅਫਸਰਾਂ ਨੂੰ ਮਿਲਿਆ? ਨਹੀਂ ਕਿਸੇ ਨੂੰ ਭਾਜੀ, ਹੁਣ ਗੱਲ ਖਤਮ ਹੋਈ ਹੈ ਅਤੇ ਹੁਣ ਸਿੱਧਾ ਆਪਾਂ ਤੁਹਾਡੇ ਕੋਲ ਆ ਗਏ ਹਾਂ। ਐਨਕਾਊਂਟਰ